ਇੱਕ ਪੁੱਤ ਨੇ ਸਮੈਕ ਪੀ ਕੇ ਆਪਣੀ ਹੀ ਮਾਂ ਦੀ ਕੁੱਟਮਾਰ ਕੀਤੀ। ਨਸ਼ੇ ਨੇ ਪੂਰਾ ਘਰ ਬਰਬਾਦ ਕਰ ਦਿੱਤਾ। ਨਸ਼ੇੜੀ ਪੁੱਤ ਨੇ ਆਪਣੀ ਮਾਂ ਦਾ ਜਿਉਣਾ ਔਖਾ ਕਰ ਦਿੱਤਾ। ਸਾਰੀ ਜ਼ਮੀਨ ਕੌਡੀਆਂ ਦੇ ਭਾਅ ਵੇਚ ਦਿੱਤੀ। ਨਸ਼ਾ ਛੁਡਾਊ ਕੇਂਦਰ ਦੇ ਵਿੱਚ ਵੀ ਇਸ ਨੂੰ ਭਰਤੀ ਕਰਵਾਇਆ ਸੀ, ਪਰ ਇਸਨੇ ਨਸ਼ਾ ਨਹੀਂ ਛੱਡਿਆ। ਜੰਡਿਆਲਾ ਦੇ ਅਧੀਨ ਪੈਂਦੇ ਪਿੰਡ ਬੰਡਾਲਾ ਦਾ ਇਹ ਮਾਮਲਾ ਹੈ, ਜਿੱਥੇ ਲੱਖਾਂ ਰੁਪਏ ਖਰਚ ਕੇ ਵੀ ਇਸ ਨੌਜਵਾਨ ਨੇ ਨਸ਼ਾ ਨਹੀਂ ਛੱਡਿਆ। ਪੀੜਤ ਮਾਂ ਨੇ ਦੱਸਿਆ ਕਿ ਕੱਲ ਕੁਝ ਔਰਤਾਂ ਤੇ ਕੁਝ ਵਿਅਕਤੀਆਂ ਦੇ ਨਾਲ ਉਹਨਾਂ ਦਾ ਮੁੰਡਾ ਗੱਡੀ ਭਰ ਕੇ ਆਇਆ ਤੇ ਉਸਦੇ ਨਾਲ ਕੁੱਟਮਾਰ ਕੀਤੀ ਗਈ। ਪੀੜਤ ਔਰਤ ਨੇ ਕਿਹਾ ਕਿ ਉਸਦੇ ਦੋ ਲੜਕੀਆਂ ਨੇ ਉਸਦੇ ਨਾਲ ਹੀ ਰਹਿੰਦੀਆਂ ਨੇ। ਔਰਤ ਦੇ ਪਤੀ ਦੀ 23 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ। ਉਸ ਵੇਲੇ ਹੀ ਉਸਦਾ ਪੁੱਤ ਨਸ਼ੇ ਦੇ ਵਿੱਚ ਖੁੱਭ ਗਿਆ। ਉਹਨਾਂ ਇਹ ਵੀ ਕਿਹਾ ਕਿ ਕਈ ਵਾਰ ਘਰੋਂ ਭੱਜ ਗਿਆ ਤੇ ਭੱਜ ਕੇ ਇਸਨੇ ਵਿਆਹ ਵੀ ਕਰਵਾ ਲਿਆ, ਸਾਰੇ ਪੈਸੇ ਹੜੱਪ ਲਏ, ਹੁਣ ਵੀ ਇਸ ਨੂੰ ਚੈਨ ਨਹੀਂ ਆ ਰਹੀ। ਪੀੜਤ ਮਾਂ ਦੇ ਵੱਲੋਂ ਪੁਲਿਸ ਨੂੰ ਗੁਹਾਰ ਲਗਾਈ ਗਈ ਕਿ ਉਸਦੀ ਰੱਖਿਆ ਕੀਤੀ ਜਾਵੇ ਔਰ ਉਸਦੇ ਬੇਟੇ ਤੋਂ ਉਸਨੂੰ ਹਮੇਸ਼ਾ ਲਈ ਖਤਰਾ ਬਣਿਆ ਹੋਇਆ ਏ। ਸਾਨੂੰ ਦੱਸਿਆ ਵੀ ਨਸ਼ਾ ਕਰਦਾ ਬਹੁਤ ਜ਼ਿਆਦਾ, ਸਮੈਕ ਪੀਂਦਾ, ਜੂਆ ਖੇਡਦਾ, ਵਿਆਹ ਵੀ ਕਰਾਉਂਦਾ ਵਾ ਅਤੇ ਤੀਜਾ ਵਿਆਹ ਹੁਣ ਕਰਵਾ ਲਿਆ ਵਾ। ਅਤੇ ਇੱਕ ਆਪਣੇ ਪਿੰਡ ਦਾ ਜਾਰ ਸਿੰਘ ਸਰਪੰਚ ਹੈਗਾ, ਵੇਲੇ ਬਾਬਾ ਜਸਵੇਲੀਆਂ ਦਾ, ਅਤੇ ਉਹਦੇ ਪਿਤਾ ਦਾ ਨਾਂ ਹੈਗਾ ਜੀ ਹਰਭਜਨ ਸਿੰਘ। ਉਹ ਸਾਡੇ ਪਿੱਛੇ ਬਹੁਤ ਹੱਥ ਧੋ ਕੇ ਪਿਆ ਵਾ। ਪਹਿਲਾਂ ਵੀ ਉਹਨੇ ਮੇਰੇ ਕੋਲ ਹਾਈਵੇ 'ਤੇ ਥਾਂ ਲਿਖਵਾ ਲਿਆ ਸੀਗਾ, ਥੋੜ੍ਹੇ ਜਿਹੇ ਪੈਸਿਆਂ ਦੇ ਵਿੱਚ, ਜਿਹੜਾ ਕਿ ਅੱਜ ਉਹ ਪਤਾ ਨਹੀਂ 80-90 ਲੱਖ ਦਾ ਥਾਂ ਵਾ, ਜਿਹੜਾ ਨੇ ਮੇਰੇ ਕੋਲ 6-7 ਲੱਖ ਦੇ ਵਿੱਚ ਲਿਖਾ ਲਿਆ ਸੀਗਾ। ਫਿਰ ਹੁਣ ਮੈਨੂੰ ਇਹਨੇ ਇਹ ਵੀ ਕਿਹਾ, ਹੀਰਾ ਸਿੰਘ ਥਾਣਾ ਇੱਥੇ ਲੱਗਾ ਸੀ ASI, ਉਹਦੇ ਸਾਹਮਣੇ ਮੈਨੂੰ ਕਹਿੰਦਾ ਵੀ ਮਾਤਾ ਮੈਨੂੰ ਉਹ ਕਿੱਲਾ ਇੱਕ ਦੇ ਦੇ ਜਿਹੜਾ ਸਾਡੇ ਲਾਗੇ ਆ, ਨਹੀਂ ਤਾਂ ਮੈਂ ਦੂਜੇ ਤਰ੍ਹਾਂ ਵਾਹ ਲੂੰਗਾ। ਫਿਰ ਉਹਨੇ ਵੀਰੇ ਦੂਜੇ ਤਰ੍ਹਾਂ ਹੀ ਵਾਹ ਲਿਆ, ਸਾਡੀਆਂ ਰੋਂਦੀਆਂ ਪੜ੍ਹਦੀਆਂ ਤਿੰਨਾਂ ਮਾਵਾਂ ਧੀਆਂ ਤੋਂ ਉਹਨੇ ਉਹ ਕਿੱਲਾ ਵਾਹ ਕੇ ਉਹਦੇ ਵਿੱਚ ਝੋਨਾ ਲਗਾਉਣ ਡਿਆ, ਹੁਣ ਫਸਲ ਲੈਣ ਡਿਆ, ਅੱਜ ਤੋਂ 3-4 ਸਾਲ ਪਹਿਲਾਂ ਨਿਕਾਲ ਲਿਆ। ਉਹ ਵੀ ਸਾਡੇ ਹੱਥ ਧੋ ਕੇ ਪੈਰ ਪਿਆ, ਇਹੋ ਕਹਿੰਦਾ ਵੀ ਤੈਨੂੰ ਮੈਂ ਰੋਡ 'ਤੇ ਲਿਆਉਣਾ ਅਤੇ ਮੈਂ ਲਿਆਉਣਾ ਵੀ ਤੈਨੂੰ ਕਾਗਜ਼ਾਂ ਦੇ ਵਿੱਚ ਹੈਗਾ। ਉਹ ਤੇਰੇ ਨੰਬਰ ਮੇਰੇ ਨਾਲ ਪਾਈ ਜਾਂਦਾ, ਮੇਰੇ ਤੇਰੇ ਨਾਲ ਪਾਈ ਜਾਂਦਾ, ਪੁੱਠੇ ਸਿੱਧੇ ਕੰਮ ਇਹੋ ਜਿਹੇ ਕਰੀ ਜਾਂਦਾ, ਅਤੇ ਇੱਦਾਂ ਲੋਕਾਂ ਦਾ ਉਹਨੇ ਬਹੁਤ ਮੰਦਾ ਹਾਲ ਕੀਤਾ ਵਾ। ਅਤੇ ਸਾਡੇ ਤਾਂ ਬਹੁਤ ਜ਼ਿਆਦਾ ਹੀ ਵੈਰ ਪਿਆ ਨਾ ਉਹ, ਹੁਣ ਵੀ ਆ ਜਿਹੜੇ 5 ਕਿੱਲੇ ਉਹਨੇ ਵਿਕਾਏ, ਉਹਦਾ ਹੀ ਵਿੱਚ ਹੱਥ ਆ ਜ਼ਿਆਦਾ ਵੀ ਮੈਂ ਤੂੰ ਹੀ 14-14 ਲੱਖ ਨੂੰ ਲੈ ਲਓ, ਬਾਅਦ 'ਚ ਮੈਂ ਤੁਹਾਡੇ ਕੋਲੋਂ ਲੈ ਲੂੰਗਾ ਤਾਂ ਮੈਂ ਮਹਿੰਗਾ ਵੇਚ ਲੂੰਗਾ। ਤੁਹਾਡੇ ਬੇਟੇ ਦਾ ਕੀ ਨਾਮ ਆ? ਅਮਨਦੀਪ ਸਿੰਘ। ਅਮਨਦੀਪ ਤੁਹਾਡੇ ਨਾਲ ਕੁੱਟਮਾਰ ਕਰਦਾ ਜਾਂ ਹੋਰ ਵੀ ਪਰਿਵਾਰ ਦੇ ਵਿੱਚ ਕੁੱਟਮਾਰ? ਨਹੀਂ ਜੀ, ਹੋਰ ਮੇਰੇ ਨਾਲ ਨਹੀਂ, ਕੋਈ ਨਹੀਂ ਕਰਦਾ ਮੇਰੇ ਨਾਲ। ਨਹੀਂ, ਅਮਨਦੀਪ ਹੋਰ ਵੀ ਕਿਸੇ ਨੂੰ ਕੁੱਟਦਾ ਵਾ ਤੁਹਾਡੇ ਤੋਂ ਇਲਾਵਾ? ਬੇਟੀਆਂ ਦੇ ਹੱਥੀ ਪੈਂਦਾ ਵਾ, ਬੇਟੀਆਂ ਨੂੰ ਬਹੁਤ ਭੈੜੀਆਂ ਗੱਲਾਂ ਕਰਦਾ। ਹਾਂਜੀ, ਬੇਟੀਆਂ ਮੇਰੇ ਨਾਲ ਰਹਿੰਦੀਆਂ, ਮੇਰੇ ਨਾਲ ਹੀ ਉਹ ਬੇਟੀਆਂ ਦਾ ਸਾਥ। ਤੇ ਕਿੰਨਾ ਚਿਰ ਹੋ ਗਿਆ ਤੁਹਾਡੇ ਘਰ ਵਾਲੇ ਦੀ ਮੌਤ ਹੋਈ? ਉਹਨਾਂ ਦੀ 2001 'ਚ ਹੋਈ ਸੀ ਡੈਥ, ਅਤੇ ਇਹ ਮਤਲਬ ਉਦੋਂ ਤਾਂ ਹੀ ਘਰੋਂ ਫਰਾਰ ਹੋ ਗਿਆ ਸੀ, ਇਹਨੇ ਨਹੀਂ ਕੋਈ ਘਰ ਵਾਲੇ ਵੇਖਿਆ ਨਹੀਂ ਗਾ, ਕਦੀ ਚੰਡੀਗੜ੍ਹ ਦਾ ਬਹਾਨਾ ਲਾ ਦੇਣਾ, ਜਾ ਕੇ ਇਹਨੇ ਉਹ ਡੋਲੀ ਸਿੰਘ ਤੁਸੀਂ ਸੁਣੀ ਨਹੀਂ ਜੇਠੂਵਾਲ ਦੀ, ਉਹਦੇ ਨਾਲ ਵਿਆਹ ਕਰਾ ਲਿਆ। ਇੱਕਦਮ ਇਹਨੇ 3 ਕਿੱਲੇ ਪਹਿਲਾਂ ਵੇਚੇ, ਚਾਰ ਲੱਖ ਦੇ ਵਿੱਚ, ਫਿਰ ਇਹਨੇ 21 ਕਿੱਲੇ ਇੱਕੇ ਵਰਾ ਹੀ ਇਹਨੇ ਵੇਚ ਕੇ ਚੰਡੀਗੜ੍ਹ ਚਲਿਆ ਗਿਆ। ਉਹਨੇ ਜਦੋਂ ਖਾ ਪੀ ਲਿਆ, ਪਤਾ ਲੱਗਾ ਵੀ ਹੁਣ ਹੈ ਨਹੀਂ ਕੁਛ ਵੀ ਇਹਦੇ, ਅਤੇ ਜਾ ਕੇ ਉਹਨੇ ਅੰਮ੍ਰਿਤਸਰ ਕੋਰਟ ਦੇ ਵਿੱਚ ਕੇਸ ਪਾਤਾ ਵੀ ਮੈਂ ਤਲਾਕ ਲੈਣਾ, ਮੈਂ ਇਹਦੇ ਨਾਲ ਨਹੀਂ ਰਹਿਣਾ। ਫਿਰ ਇਹਨੂੰ ਉਹਨੇ ਉੱਥੇ ਸੁੱਟ ਗਈ ਹੁਸ਼ਿਆਰਪੁਰ, ਆ ਜਿੱਥੇ ਸਮੈਕ ਛਡਾਉਂਦੇ ਨਸ਼ਾ ਛਡਾਊ ਕੇਂਦਰ ਦੇ ਵਿੱਚ, ਉੱਥੋਂ ਵੀ ਸਾਡਾ ਨਾਂ ਲਿਖਾ ਗਈ, ਉਹਨੇ ਨਹੀਂ ਇਹਦਾ ਪਿੱਛਾ ਵੇਖਿਆ। ਅਸੀਂ ਇਹਨੂੰ ਜਾ ਕੇ ਫਿਰ ਵੀ ਉੱਥੇ ਜਾ ਕੇ ਦਾ ਬੇਟੀ ਵੱਡੀ ਜਿਹੜੀ ਉਹਨੂੰ ਪਹੁੰਚਾਉਂਦੀ ਰਹੀ ਆ, ਰਾਸ਼ਨ ਪਾਣੀ ਇਹਨੂੰ AC ਕਮਰਿਆਂ ਦੇ ਵਿੱਚ ਕਰਾਉਂਦੀ ਰਹੀ ਆ, ਬਹੁਤ ਜ਼ਿਆਦਾ ਇਹਨੇ ਖਰਚਾ ਕੀਤਾ। ਇਹਦੀ ਬੇਟੀ ਸੀ ਨਾ 2 ਮਹੀਨਿਆਂ ਦੀ, ਉਹਨੂੰ ਧੂ ਧੂ ਕੇ ਨਾਲ ਇਹਨੇ ਖਾਣਾ ਵੀ ਚੱਲ ਮੇਰਾ ਭਰਾ ਵਾ, ਬਹੁਤ ਕੁਛ ਇਹਨਾਂ ਕੀਤਾ, ਪਰ ਉਹ ਸੁਧਰਿਆ ਨਹੀਂ, ਉਹ ਸਗੋਂ ਵਿਗੜਦਾ ਹੀ ਗਿਆ। ਤਾਂ ਉਹਨੇ ਸਾਡੇ ਲਈ ਇਹੋ ਜਿਹੇ ਕੰਮ ਕਰਦੇ ਵੀ ਸਾਨੂੰ ਉਹਨੇ ਜੀਣ ਜੋਗਾ ਨਹੀਂ ਛੱਡਣ ਡਿਆ, ਡਰਾਵੇ ਧਮਕੀਆਂ, ਮੈਂ ਤੁਹਾਡਾ ਤੇਰਾ ਕੱਖ ਨਹੀਂ ਹੈਗਾ, ਤੂੰ ਹੁਣ ਕੁਛ ਨਹੀਂ ਲੈ ਸਕਦੀ। ਕੱਲ ਤੁਹਾਡੇ ਨਾਲ ਤਸ਼ੱਦਦ ਢਾਈ ਆ ਤੁਹਾਡੇ ਉੱਪਰ, ਜਿਹੜਾ ਵਾ ਲੇਡੀਜ਼ ਲਿਆਣ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਾਂਜੀ, ਕੀ ਕਹਿਣਾ ਚਾਹੁੰਦੇ? ਕੱਲ ਪੁਲਿਸ ਨੂੰ ਕੰਪਲੇਂਟ ਕੀਤੀ ਫਿਰ ਤੁਸੀਂ? ਹਾਂਜੀ, 100 ਨੰਬਰ 'ਤੇ ਕੀਤੀ ਸੀ, ਫਿਰ ਅਸੀਂ SHO ਨੂੰ ਵੀ ਕੀਤੀ ਜੰਡਿਆਲੇ ਨੂੰ, ਅਤੇ ਪਰ ਨਹੀਂ ਉਹਨਾਂ ਨੇ ਕੋਈ ਸਾਡੇ 'ਤੇ ਨਹੀਂ ਅਸਰ ਕੀਤਾ।
ਉਹ ਬੁੜੀਆਂ ਦੀਆਂ ਗੱਡੀਆਂ ਭਰ ਕੇ ਲਿਆਇਆ, ਇੱਕ ਦੋ ਗੱਡੀਆਂ ਨਾਲ ਲਿਆਉਂਦੇ, ਇੱਕ ਬੰਦਿਆਂ ਦੀ ਵੱਡੀ ਸੀ ਅਤੇ ਇੱਕ ਗੱਡੀ ਬੁੜੀਆਂ ਦੀ ਸੀ, ਅਤੇ ਜੇ ਅਸੀਂ ਉਹ ਬਣਾਉਣ ਲੱਗੇ ਹਾਂ ਉਹਨਾਂ ਦੀ ਵੀਡੀਓ, ਅਤੇ ਉਹਨਾਂ ਨੇ ਮੁੰਡੇ ਦੇ ਹੱਥ 'ਚੋਂ ਮੋਬਾਈਲ ਖੋਲਿਆ ਅਤੇ ਨਾਲੇ ਉਹਨੂੰ ਧੱਕਾ ਮੁੱਕੀ ਵੀ ਕੀਤਾ ਵੀ ਤੂੰ ਸਾਡੀ ਵੀਡੀਓ ਨਹੀਂ ਬਣਾ ਸਕਦਾ, ਤੂੰ ਕੌਣ ਹੁੰਦਾ ਸਾਡੀ ਵੀਡੀਓ ਬਣਾਉਣ ਵਾਲਾ, ਅਤੇ ਉਹ ਤੁਹਾਨੂੰ ਆਪ ਹੀ ਪੁੱਛਣਾ ਚਾਹੋਗੇ ਤਾਂ ਦੱਸਣਗੇ ਜਿਨ੍ਹਾਂ ਨਾਲ ਕੁਛ ਹੋਇਆ, ਅਤੇ ਮੇਰੇ ਨਾਲ ਜੋ ਕੁਛ ਹੋਇਆ ਉੱਥੇ ਕੱਲ੍ਹ ਉਹਨਾਂ ਨੇ ਕੀਤਾ। ਸਰ ਜਿਹੜਾ ਗੁਰਬਖਸ਼ ਕੌਰ ਦਾ ਅਤੇ ਉਹਦੇ ਬੇਟੇ ਦਾ ਆਪਸੀ ਝਗੜਾ ਚੱਲ ਰਿਹਾ, ਕੁੱਟਮਾਰ ਕਰ ਰਿਹਾ ਆਪਣੀ ਮਾਂ ਦੇ ਨਾਲ, ਕੀ ਮਾਮਲਾ ਸਾਹਮਣੇ ਆਇਆ? ਇਹਦੇ ਵਿੱਚ ਸਾਡੇ ਧਿਆਨ 'ਚ ਆਇਆ ਵੀ ਗੁਰਬਖਸ਼ ਕੌਰ ਲੇਡੀ ਬੰਡਾਲੇ ਪਿੰਡ ਦੀ, ਉਹਦਾ ਆਪਣਾ ਹੀ ਲੜਕਾ ਅਮਨਦੀਪ ਸਿੰਘ, ਇਹ ਕਰੀਬ 20-25 ਕੁ ਸਾਲ ਤੋਂ ਇਹਨਾਂ ਦਾ ਮਾਂ ਪੁੱਤ ਦਾ ਪ੍ਰੋਪਰਟੀ ਡਿਸਪਿਊਟ ਆ, ਜ਼ਮੀਨ ਕਾਫੀ ਸੀਗੀ, ਬੇਟੇ ਨੇ ਆਪਣੇ ਨਾਂ 'ਤੇ ਵਸੀਅਤ ਕਰਾਈ ਸੀ ਬਾਪ ਕੋਲ, ਬਾਪ ਮਰ ਚੁੱਕਾ ਜੀ, ਦੋਨਾਂ ਧਿਰਾਂ ਜਿਹੜੀਆਂ ਹੈਗੀਆਂ ਵਾ ਜਦੋਂ ਆਪਣੇ ਧਿਆਨ 'ਚ ਆਇਆ, ਕੋਰਟ ਦੇ ਵਿੱਚ ਵੀ ਇਹਨਾਂ ਦੇ ਕੇਸ ਚੱਲ ਰਹੇ ਨੇ, ਰੈਵਨਿਊ ਡਿਪਾਰਟਮੈਂਟ 'ਚ ਵੀ ਚੱਲਦੇ ਨੇ, ਮਾਤਾ ਜਿਹੜੀ ਵੀ ਧਿਰ ਕਾਬਜ਼ ਆ ਉਹ ਕਾਬਜ਼ ਰਹੇਗੀ, ਆਪਣੀ ਫਸਲ ਕਰੇ ਜੋ ਮਰਜ਼ੀ, ਦੂਜੀ ਧਿਰ ਜਿਹੜੀ ਵਿੱਚ ਦਖਲ ਕਰੇਗੀ ਤਾਂ ਬਿਲਕੁਲ ਦਖਲ ਨਹੀਂ ਹੋਏਗਾ, ਰੈਵਨਿਊ ਡਿਪਾਰਟਮੈਂਟ ਤੋਂ ਬਿਨਾਂ ਕਿਸੇ ਦਾ ਕੋਈ ਦਖਲ ਸੰਭਵ ਨਹੀਂ ਹੋਣ ਦਿੱਤਾ ਜਾਵੇਗਾ। ਦੱਸਿਆ ਜਾ ਰਿਹਾ ਕੱਲ੍ਹ ਮਾਤਾ ਦੇ ਨਾਲ ਤਸ਼ੱਦਦ ਵੀ ਕੀਤੀ ਗਈ ਆ ਅਤੇ ਉਸਨੂੰ ਕੁਛ ਬੰਦਿਆਂ ਵੱਲੋਂ ਧਮਕਾਇਆ ਗਿਆ, ਪਿਸਟਲ ਵੀ ਵਿਖਾਏ ਗਏ ਨੇ। ਦੇਖੋ ਅਜਿਹੀ ਗੱਲ ਮੇਰੇ ਨੋਟ 'ਚ ਨਹੀਂ ਆਈ, ਬਟ ਚੌਂਕੀ ਚਾਰਜ ਨੇ ਦੱਸਿਆ ਕੋਈ ਕੰਪਲੇਂਟ ਆਈ ਆ ਬੰਡਾਲੇ ਵਾਲੇ ਨੇ, ਉਹ ਵੈਰੀਫਾਈ ਕਰ ਰਿਹਾ, ਮੈਂ ਵੀ ਮੌਕੇ 'ਤੇ ਜਾ ਕੇ ਵੈਰੀਫਾਈ ਕਰੂੰਗਾ, ਅਗਰ ਅਜਿਹੀ ਕੋਈ ਗੱਲ ਆਈ ਤਾਂ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਜਾਊ।